ਕੀ ਹਾਲ ਚਾਲ ਨੇ ਸਾਰੇ ਦੋਸਤਾਂ ਦਾ? ਠੀਕ ਠਾਕ ਹੋ? ਖੈਰ ਖਰੀਏ ਤੇ ਨਾਲ ਹੋ? ਜਾ ਰਹੇ ਹਾਂ ਜੀ ਕਰਾਚੀ ਰਾਣਾ ਸਾਹਿਬ ਦੇ ਨਾਲ, ਔਰ ਮੈਂ ਕਿਹਾ ਜ਼ਰਾ ਰਸਤੇ ਦੇ ਵਿੱਚ ਸਾਰੇ ਦੋਸਤਾਂ ਦੇ ਨਾਲ ਗੱਪ ਸ਼ੱਪ ਵੀ ਲੱਗ ਜਾਏ। ਲੋ ਜੀ ਚਾਏ ਪੀ ਰਹੇ ਅਸੀਂ, ਜੀ ਸਲਾਮ ਅਲੈਕੁਮ ਰਾਣਾ ਸਾਹਿਬ। ਮਾਸ਼ਾਅੱਲਾ 55 ਬੰਦੇ ਸਾਡੇ ਨਾਲ ਲਾਏ ਇੱਕ ਮਿੰਟ 'ਚ, ਬਲਕਿ ਇੱਕ ਸੈਕਿੰਡ 'ਚ। ਸਾਰਿਆਂ ਨੂੰ ਪਤਾ ਹੈ ਕਿ ਉਹਨਾਂ ਭਾਈ ਜਾ ਰਹੇ ਨੇ ਕਰਾਚੀ, ਅਤੇ ਕਿ ਰਾਣਾ ਸਾਹਿਬ ਖੈਰ ਹੈ, ਕਿੱਧਰ ਚੱਲੇ ਹੋ? ਮੈਂ ਕਿਹਾ ਹੁਣ ਤੁਹਾਨੂੰ ਰਾਣਾ ਸਾਹਿਬ ਤੋਂ ਜ਼ੁਬਾਨੀ ਪਛਾਣੋ। ਇੱਕ ਦੋ ਦੋਸਤ ਸੀ ਯਾਰ, ਕੋਈ ਰਿਸ਼ਤੇਦਾਰ ਸੀ, ਉਹਨੂੰ ਮਿਲਣਾ ਸੀ, ਬੜਾ ਅਰਸਾ ਹੋ ਗਿਆ ਜੀ। ਅੱਛਾ ਜੀ। ਅਤੇ ਇੱਕ ਦਿਨ ਥੋੜ੍ਹਾ ਜਿਹਾ ਕਿਹਾ ਮੈਂ ਕਰਾਚੀ ਜਾਣਾ। ਹਾਂਜੀ ਬਿਲਕੁਲ ਸਹੀ, ਮੈਂ ਯਾਰ ਦੋਸਤ ਨਾਲ ਲਏ ਤੇ ਨਿਕਲ ਆਏ। ਮਾਸ਼ਾਅੱਲਾ ਮਾਸ਼ਾਅੱਲਾ, ਸਿਰਫ ਕਿ ਚਲੋ ਸਫ਼ਰ ਵੀ ਲੰਬਾ। ਹਾਂਜੀ ਅਤੇ ਉਹ ਅੱਛਾ ਗੁਜ਼ਰ ਜਾਏ ਗੱਲਬਾਤ। ਬਿਲਕੁਲ ਸਹੀ ਬਿਲਕੁਲ ਸਹੀ, ਬਾਕੀ ਕਰਾਚੀ ਦਾ ਸ਼ੌਕ ਜ਼ਰੂਰ ਦੇਖਾਂਗੇ ਕਿਤੇ ਨਾ ਕਿਤੇ, ਇਨਸ਼ਾਅੱਲਾ ਤੁਹਾਨੂੰ ਦਿਖਾਵਾਂਗੇ ਸ਼ੌਕ, ਬੜਾ VIP ਸ਼ੌਕ ਜਿਹੜਾ ਤੁਹਾਨੂੰ ਦੇਖਣ ਨੂੰ ਮਿਲੇਗਾ ਇਨਸ਼ਾਅੱਲਾ ਤਾਲਾ। ਨਾਲ ਸ਼ਗਿਰਦ ਨੇ ਮਾਸ਼ਾਅੱਲਾ ਸਾਰੇ ਰਾਓ ਸਾਹਿਬ, ਫਰੀਦੀ ਭਾਈ ਵੀ ਨਾਲ ਨੇ। ਹਾਂਜੀ ਫਰੀਦੀ ਭਾਈ ਸਭ ਠੀਕ ਠਾਕ? ਮਾਸ਼ਾਅੱਲਾ ਫਰੀਦੀ ਨੂੰ ਤਾਂ ਨਾਨ ਟਿੱਕੀ ਪਸੰਦ ਸੀ, ਉਹ ਆਉਂਦਿਆਂ ਸਾਰ ਉਹ ਟ੍ਰੇਨ ਵਾਲਿਆਂ ਨੇ ਆਪ ਹੀ ਦੇ ਦਿੱਤੀ, ਉਹਨੇ ਕਿਹਾ ਨਾਨ ਟਿੱਕੀ ਦਿਓ ਪਹਿਲੇ ਫਰੀਦੀ ਨੂੰ, ਬਾਕੀ ਸਾਰੀਆਂ ਗੱਲਾਂ ਬਾਅਦ 'ਚ। ਕਬੂਤਰ ਬਾਅਦ ਰਸਤੇ 'ਚ ਮਿਲ ਗਏ ਸਾਨੂੰ। ਹੈ ਜੀ ਮਾਸ਼ਾਅੱਲਾ ਸਟਾਫ ਦੇ ਹੀ ਬੰਦੇ ਆ ਗੱਡੀ ਦੇ। ਜੀ ਭਾਈ ਜਾਨ ਸਲਾਮ ਅਲੈਕਮ, ਕੀ ਨਾਮ ਹੈ ਭਾਈ ਜਾਨ ਤੁਹਾਡਾ? ਹਾਂਜੀ ਕਾਮਰਾਨ। ਕਾਮਰਾਨ ਸਾਹਿਬ ਮਾਸ਼ਾਅੱਲਾ, ਅਤੇ ਇਹ ਜੀ ਸਾਨੂੰ ਅੱਲਾਹ ਤਾਲਾ ਨੇ ਜਿਹਨੂੰ ਕਹਿੰਦੇ ਨਾ ਗੋਡ ਗਿਫਟ, ਅਸੀਂ ਅੱਜ ਕਰਾਚੀ ਦਾ ਪ੍ਰੋਗਰਾਮ ਬਣਾਇਆ ਅਤੇ ਕਾਮਰਾਨ ਭਾਈ ਇਸ ਗੱਡੀ ਦੇ ਇੰਚਾਰਜ ਨੇ ਮਾਸ਼ਾਅੱਲਾ ਇਲੈਕਟ੍ਰਿਕ ਦੇ, ਅਤੇ ਉਹ ਸਰ ਸਾਨੂੰ ਜਿਹੜਾ ਪ੍ਰੋਟੋਕੋਲ ਹੈ ਉਹ ਅੱਲਾਹ ਤਾਲਾ ਦੀ ਤਰਫੋਂ ਇਹਨਾਂ ਦੀ ਮਿਹਰਬਾਨੀ ਦੇ ਨਾਲ ਜਿਹੜਾ ਨਾ ਉਹ ਸਾਨੂੰ ਸਾਰਾ ਮਿਲ ਗਿਆ, ਕਿ ਜਿਹੜੀ ਚੀਜ਼ ਅਸੀਂ ਮਤਲਬ ਪੁੱਛਦੇ ਪਛਾਂਦੇ ਜਾਣਾ ਸੀ ਉਹ ਸਾਡੀ ਜ਼ੁਬਾਨ ਹੀ ਹਿੱਲਣੀ ਹੈ ਅਤੇ ਸਾਰਾ ਕੰਮ ਪੂਰਾ ਹੈ। ਕਾਮਰਾਨ ਭਾਈ ਤੁਹਾਨੂੰ ਕਿਸ ਤਰ੍ਹਾਂ ਪਤਾ ਕਿ ਅਸੀਂ ਕਰਾਚੀ ਜਾ ਰਹੇ ਸੀ ਅਤੇ ਤੁਸੀਂ ਕਿਸ ਤਰ੍ਹਾਂ ਪਛਾਣਿਆ ਸੀ? ਅੱਛਾ ਅੱਛਾ ਜੀ, ਗੱਡੀ ਦੇ ਸਟਾਫ ਦੇ ਬੰਦੇ ਆ ਔਰ ਕਬੂਤਰ ਬਾਜ਼ ਆ ਮਾਸ਼ਾਅੱਲਾ। ਜੀ ਰਾਣਾ ਸਾਹਿਬ ਕੀ ਕਹਿੰਦੇ ਹੋ ਭੈਣ? ਮੈਂ ਉਹਨਾਂ ਨੂੰ ਕਹਿ ਦਿੰਦਾ, ਕਹਿ ਦਿਓ